ਪੰਜਾਬ ਦੇ ਵਿੱਚ ਵੀ ਪ੍ਰਵਾਸ ਦਾ ਬਹੁਤ ਜ਼ਿਆਦਾ ਰਿਵਾਜ਼ ਆ, ਲੋਕ ਕੈਨੇਡਾ ਭੱਜਣ ਨੂੰ ਤਿਆਰ ਆ ਵੀ ਬਸ ਬਾਹਰ ਜਾ ਕੇ ਕਾਮਯਾਬ ਹੋ ਜਾਵੇ। ਪਰ ਇੱਕ ਗੱਲ ਹੈ ਬਈ, ਵੀ ਜਦੋਂ ਬੰਦਾ ਘਰ ਛੱਡਦਾ ਨਾ ਉਹਨੇ ਕਾਮਯਾਬ ਹੋਣਾ ਹੀ ਹੋਣਾ, ਬੇਸ਼ੱਕ ਉਹ ਕੈਨੇਡਾ ਜਾਵੜੇ, ਅਮਰੀਕਾ ਜਾਵੜੇ ਜਾਂ ਰਾਜਸਥਾਨ ਜਾਵੜੇ। ਆਪਾਂ ਇਸ ਵਕਤ ਰਾਜਸਥਾਨ ਖੜ੍ਹੇ, ਬਈ ਹੈਦਰ ਨੂੰ ਪਹਿਲਾਂ ਤਾਂ ਸਾਰਾ ਦਿਖਾ ਦੇ ਘਰ ਬਾਰ, ਇਹ ਬਹੁਤ ਵੱਡਾ ਘਰ ਆ ਮੇਰੇ ਹਿਸਾਬ ਨਾਲ, ਅੱਧੇ ਕਿੱਲੇ 'ਚ ਘਰ ਹੋਊ, ਕੁੰਨੂ ਪਏ ਜਾਂ ਸ਼ੌਰ ਵੀ ਕਹਿ ਦਿੰਦੇ ਹਾਂ, ਫਲਦਾਰ ਬੂਟੇ ਆ, ਕੱਟੀਆਂ ਵੱਛੀਆਂ ਮੱਝਾਂ ਖੜ੍ਹੀਆਂ, ਹੈ ਨਾ, ਉਹ ਕੱਚੀਆਂ ਕੰਧਾਂ ਵੀ ਤੁਹਾਨੂੰ ਦੇਖਦੇ ਹਾਂ, ਬੱਕਰੀਆਂ ਵਿਖਾ ਦੇ, ਬੱਕਰੀਆਂ ਵੀ ਬਈ, ਦਰਾ ਵੀ ਦਿਖਾ ਦੇ। ਅਤੇ ਇੱਧਰ ਪਹਿਲਾਂ ਘਰ ਘਰ ਦੀ ਜਿਹੜੀ ਰੂਹ ਆ ਨਾ, ਜਿਹੜੇ ਕਹਿੰਦੇ ਹੁੰਦੇ ਪੁਰਾਣੇ ਘਰ ਜਿਹੜੇ ਹੁੰਦੇ ਸੀ ਆਪਣੇ, ਆਪ ਬਰਾ ਬਰਾਬਰ ਕਮਰੇ ਅਤੇ ਮੂਹਰੇ ਬਰਾਂਡੇ ਸਾਈਡ ਤੋਂ ਪੌੜੀਆਂ, ਇਹ ਲਿਖਿਆ ਗਿੱਲ ਨਿਵਾਸ 2000 ਲਿਖਿਆ ਜੀ, 2000 ਪੂਰੇ ਹੀ ਆ। ਅਤੇ ਆਹ ਟਰੈਕਟਰ ਇੱਕ ਖੜਾ, ਆਹ 9-11 ਜੀ, 9-11, ਅਤੇ ਆਹ ਬਾਈਲਾਰਸ, ਬਾਈਲਾਰਸ, ਅਤੇ ਉਹ ਬਿੱਲੀ ਜੀਪ ਖੜ੍ਹੀ ਆ। ਅਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਤੇ ਆਪਾਂ ਖੜ੍ਹੇ ਹਾਂ ਜੀ ਜ਼ਿਲ੍ਹਾ ਗੰਗਾਨਗਰ, ਆਈ ਜ਼ਿਲ੍ਹਾ ਗੰਗਾਨਗਰ, ਤਹਿਸੀਲ ਸੰਗਰੀ ਆ, ਸੂਰਤਗੜ੍ਹ, ਸੂਰਤਗੜ੍ਹ, ਠੀਕ ਹੈ। ਅਤੇ ਸੂਰਤਗੜ੍ਹ ਤਹਿਸੀਲ ਦੇ ਵਿੱਚ ਖੜ੍ਹੇ ਹਾਂ, ਪਿੰਡ ਹੈਗਾ ਇਹ ਢਾਬਾ ਚਲਾਰ। ਅਤੇ ਤੁਹਾਡਾ ਨਾਮ ਦੱਸ ਦਿਓ ਜੀ। ਜੋਧਾ ਸਿੰਘ ਗਿੱਲ ਜੀ। ਪਹਿਲਾਂ ਕਿੱਥੋਂ ਆਏ ਹੋ ਤੁਸੀਂ ਪੰਜਾਬ ਚੋਂ? ਅਸੀਂ ਕੋਟ ਕਪੂਰੇ ਕੋਲੇ ਸਿਰਸੜੀ ਪਿੰਡ ਹੈ। ਕਿੰਨੇ ਕੁ ਸਾਲ ਹੋ ਗਏ ਜੀ ਆਏ ਨੂੰ ਉੱਥੇ, ਤੇ ਕੌਣ ਹੈ? 60-60 ਤੋਂ ਪਹਿਲਾਂ ਹੀ ਆਏ, ਦਾਦਾ ਜੀ ਆਏ ਸੀ। ਅੱਛਾ, ਤੁਹਾਡੇ ਦਾਦਾ ਜੀ ਆਏ ਸੀਗੇ। ਅਤੇ ਇੱਥੇ ਹੁਣੀ ਜ਼ਮੀਨ ਆਪਾਂ ਕਹਿ ਲਈਏ ਅੰਦਾਜ਼ਨ ਕਿੰਨੀ ਕੁ ਇੱਥੇ? ਮੇਰੇ ਕੋਲ ਇੱਥੇ 6 ਮਰਬੇ ਜ਼ਮੀਨ ਹੈ ਜੀ। 6 ਮਰਬੇ, ਠੀਕ ਹੈ ਜੀ। ਤਾਂ ਆਪਾਂ ਜੇ ਮੰਨ ਲਓ, ਮੈਂ ਮੋਟੇ ਭਾਸ਼ਾ ਦੇ ਵਿੱਚ ਪੁੱਛਾਂ, ਪੰਜਾਬ ਤੋਂ ਆ ਕੇ ਤੁਸੀਂ ਇੱਥੇ ਕਾਮਯਾਬ ਵੀ ਹੋਏ ਆ? ਹਾਂ, ਕਾਮਯਾਬ ਵੀ ਹੋਏ ਜੀ। ਉੱਥੇ ਤਾਂ ਜੇ ਹੁਣ ਸਾਰਾ ਪਰਿਵਾਰ ਉੱਥੇ ਜਿੱਥੇ ਰਹਿੰਦੇ ਸੀ ਸਰਸੜੀ, ਉਸ ਘਰ 'ਚ ਤਾਂ ਸਾਥੋਂ ਖੜ੍ਹੇ ਨਹੀਂ ਜਾਣਾ। ਹੁਣ ਮੇਰਾ ਘਰ ਪੰਜਾਬ ਦੇ ਤੁਹਾਡੇ 1.5 ਕਿੱਲਾ ਅਤੇ ਸਾਡੇ ਇੱਥੋਂ ਦੇ 2.5 ਕਿੱਲਾ ਵਿੱਘਿਆ 'ਚ ਘਰ ਆ ਮੇਰਾ। ਪੰਜਾਬ ਦਾ 1.5 ਕਿੱਲਾ ਹੀ? ਹਾਂ, 12 ਕਨਾਲਾ। ਨਹੀਂ, ਇੰਨਾ ਵੱਡਾ ਪਿੱਛੇ ਵੀ ਹੋਰ ਹੋਰ ਪਿੱਛੇ ਵੀ ਹੋਰ ਹੈ। ਫਿਰ ਮੈਂ ਗਲਤ ਕਹਿੰਦਾ, ਮੈਂ ਤਾਂ 1.5 ਕਿੱਲਾ ਕਿਹਾ ਹੀ। ਫਿਰ ਇਹ ਤਾਂ ਬਹੁਤ ਵੱਡਾ ਹੈ ਫਿਰ, ਸਹੀ ਗੱਲ ਹੈ। ਇੰਨੇ ਤਾਂ ਹੀ ਹੁਣ ਇੰਨੇ 'ਚ ਤਾਂ ਕਲੋਨੀ ਬਣ ਜਾਂਦੀ ਹੈ, 12 ਕਨਾਲਾ ਚਾਹੂਗਾ ਘਰ। ਅਤੇ ਆਹ ਪਹਿਲਾਂ ਟਰੈਕਟਰ ਦਿਖਾ ਦੇਗੀ, ਟਰੈਕਟਰ ਵੀ ਤੁਹਾਡਾ ਹਾਣੀ ਹੈ ਜੀ? ਹਾਂ, ਮੇਰਾ ਹਾਣੀ ਜੀ। ਇਹ ਕਿੰਨੇ ਕਿੱਥੋਂ ਆਏ ਵੇ ਕੀ ਸਾਹਿਬ, ਇਹਦੀ ਦੱਸਿਓ ਥੋੜ੍ਹੀ ਜਿਹੀ ਕਹਾਣੀ ਜੀ। ਇਹ ਟਰੈਕਟਰ ਮੇਰੇ ਦਾਦਾ ਜੀ ਲੈ ਕੇ ਆਏ ਸੀ, ਹਾਂਜੀ, 1964 'ਚ, 1964 ਦੇ ਵਿੱਚ, ਗਾਜ਼ੀਆਬਾਦ। ਗਾਜ਼ੀਆਬਾਦ, ਇਹ ਆਪਾਂ ਬਾਈਲਾਰਸ ਕਹਿ ਦਿੰਦੇ ਹਾਂ ਬਈ, ਇਹ ਬੇਲਾਰੂਸ ਹੈ ਵੈਸੇ, ਰਸ਼ੀਆ ਦਾ ਹੀ ਪਾਰਟ ਹੁੰਦਾ ਸੀ ਪਹਿਲਾਂ, ਇਹ ਰਸ਼ੀਆ ਤੋਂ ਹੀ ਇੰਪੋਰਟ ਕਰਵਾਇਆ? ਹਾਂ, ਰਸ਼ੀਆ ਤੋਂ ਇੰਪੋਰਟ ਕਰਵਾਇਆ ਜੀ। ਕੀ ਬਾਤ ਹੈ ਜੀ, ਯੂਕਰੇਨ 'ਚੋਂ? ਯੂਕਰੇਨ 'ਚੋਂ, ਹਾਂ, ਰਸ਼ੀਆ 'ਚ ਯੂਕਰੇਨ ਹੀ ਬਣਦੇ ਆ ਇਹ ਟਿਕਟ। ਅੱਛਾ, ਠੀਕ ਹੈ ਜੀ, ਉਦੋਂ ਸਾਰਾ ਇਕੱਠਾ ਹੀ ਹੋਊਗਾ ਨਾ, ਯੂਐਸਐਸਆਰ ਉਦੋਂ ਇਕੱਠਾ ਸੀਗਾ, ਸੋਵੀਅਤ ਸੰਘ ਉਦੋਂ ਇਕੱਠਾ ਸੀਗਾ, ਆ ਹੁਣ ਇਹਨਾਂ ਦੀ ਤਾਂ ਲੜਾਈ ਲੱਗੀ ਖੜੀ ਹੈ। ਹਾਂ, ਹੁਣ ਲੱਗੀ ਹੈ। ਅਤੇ ਜਿਵੇਂ ਹੀ ਤੁਸੀਂ ਪੰਜਾਬ ਤੋਂ ਆਏ ਹੋ, ਕਿਵੇਂ ਲੱਗਦਾ ਜੀ ਮਾਹੌਲ ਅੱਜ ਦੀ ਘੜੀ, ਜਿਵੇਂ ਤੁਹਾਨੂੰ ਪੁੱਛਾਂ ਪੰਜਾਬ ਦਾ ਮਾਹੌਲ ਜਾਂ ਇੱਥੋਂ ਸੂਰਤਗੜ੍ਹ ਦਾ, ਤੁਹਾਨੂੰ ਕਿਵੇਂ ਲੱਗਦਾ, ਕਿਹੜੀ ਚੀਜ਼? ਬੜਾ ਚੰਗਾ ਲੱਗਦਾ ਜੀ, ਹੁਣ ਸਾਡੇ ਖੇਤ ਸਾਰੇ ਸੰਦ ਪਏ ਹੈ, ਨਰਮਾ ਪਿਆ ਵਾਹਣ 'ਚ, ਕੋਈ ਚੋਰੀ ਦਾ ਡਰ ਨਹੀਂ ਜੀ, ਕੋਈ ਅਸੀਂ ਗੇਟਾਂ ਦੇ ਤਾਲੇ ਨਹੀਂ ਲਾਉਂਦੇ ਗੇ, ਐਂ ਖੁੱਲ੍ਹੇ ਰਹਿੰਦੇ ਆ। ਜਿੰਦਾ ਜੁੰਦਾ ਨਹੀਂ? ਨਾ ਨਾ ਨਾ, ਕੋਈ ਜਿੰਦਾ ਨਹੀਂ, ਸਾਡੇ ਕਮਰਿਆਂ ਨੂੰ ਵੀ ਜਿੰਦੇ ਇਹ ਨਹੀਂ ਗੇ, ਖੁੱਲ੍ਹੇ ਮਾਹੌਲ, ਵਿਸ਼ਵਾਸ, ਇਮਾਨਦਾਰੀ, ਇਹ ਚੀਜ਼ਾਂ ਜ਼ਿਆਦਾ ਜੀ। ਅਤੇ ਜਦੋਂ ਤੁਸੀਂ ਪੰਜਾਬ ਜਾਂ ਨਹੀਂ ਪੰਜਾਬ, ਉੱਥੋਂ ਕਿਵੇਂ ਲੱਗਦਾ ਜੀ ਤੁਹਾਨੂੰ? ਸਾਨੂੰ ਨਹੀਂ ਉਹ ਚੰਗਾ ਲੱਗਦਾ ਵੀ, ਜਿਵੇਂ ਹੁਣ ਮੰਨ ਲਓ ਆਪਾਂ ਵੈਸੇ, ਚਲੋ ਜਿਹੜੀ ਗੱਲ ਹੈ ਨਾ ਕਹਿਣ ਵਾਲੀ ਹੁੰਦੀ ਹੈ, ਪੰਜਾਬ 'ਚ ਤਰੱਕੀ ਤਾਂ ਵੱਧਦਾ ਇੱਥੋਂ ਨਾਲ, ਹੈ ਨਾ, ਵੱਡੀਆਂ ਵੱਡੀਆਂ ਸੜਕਾਂ, ਵੱਡੇ ਵੱਡੇ ਘਰ ਵੀ ਆ ਉੱਥੇ, ਅਤੇ ਉਹਨਾਂ ਚੀਜ਼ਾਂ ਦੇ ਮੁਕਾਬਲੇ ਤੁਹਾਨੂੰ ਆਹ ਚੀਜ਼ਾਂ ਠੀਕ ਲੱਗਦੀਆਂ? ਵਾਤਾਵਰਨ ਸ਼ੁੱਧ ਹੈ ਜੀ, ਇੱਕ ਤਾਂ ਬਿਮਾਰੀਆਂ ਘੱਟ ਹੈ, ਬਿਮਾਰੀਆਂ ਹੈ ਹੀ ਨਹੀਂ ਇੱਧਰ, ਹੁਣ ਗਰਮੀਆਂ 'ਚ ਕੋਈ ਪੱਖਾ ਲਾਉਣ ਦੀ ਲੋੜ ਨਹੀਂ ਗੀ, ਉੱਤੇ ਪੈ ਜਾਓ, ਖੁੱਲ੍ਹੇ ਵਿਹੜੇ 'ਚ ਪੈ ਜਾਓ। ਨਹੀਂ, ਗਰਮੀਆਂ 'ਚ ਪੱਖਾ ਨਹੀਂ ਲਾਉਂਦੇ? ਨਾ, ਐਂ ਕਿਵੇਂ ਜੀ? ਪੱਖਾ ਫਿਰ ਕੀ ਨਹੀਂ, ਹਵਾ ਤਾਂ ਬਾਹਰਲੀ ਬਹੁਤ ਆ ਜਾਂਦੀ, ਸ਼ੁੱਧ ਹੁੰਦੀ ਹਵਾ। ਇਹ ਵੀ ਗੱਲ ਸਹੀ ਹੈ, ਅਸੀਂ ਹੁਣ ਮੰਨ ਲਓ ਜਾਂ ਵੱਧ ਤੋਂ ਵੱਧ ਅਸੀਂ ਕੋਠੇ 'ਤੇ ਪੈ ਸਕਦੇ ਇਹਦੇ ਉੱਤੇ। ਫਿਰ ਜਿਵੇਂ ਜਿਵੇਂ ਬੰਦਾ ਤਰੱਕੀ ਕਰਦਾ, ਆਪਾਂ ਕਮਰੇ ਬੰਦ ਕਰ ਲਏ, ਉਹਨਾਂ ਦੇ ਵਿੱਚ ਏਸੀ ਲਾ ਲਏ, ਹੈ ਨਾ, ਫਿਰ ਅਤੇ ਖੁੱਲ੍ਹੀ ਹਵਾ ਆਪਾਂ ਬੰਦ ਕਰ ਲਈ, ਇਹ ਵੀ ਗੱਲ ਸਹੀ ਹੈ। ਇੱਥੇ ਜਿਵੇਂ ਮੰਨ ਲਓ ਕਹਿ ਲਈਏ, ਪੰਜਾਬ ਅੱਜ ਤੋਂ 30 ਸਾਲ ਪਹਿਲਾਂ ਆਉਂਦਾ ਜੀ, 40 ਸਾਲ ਪਹਿਲਾਂ, ਉਹੀ ਜੀ ਫੀਲ ਇੱਥੇ ਹੁਣ ਵੀ ਆਉਂਦੀ ਹੈ, ਹੈ ਨਾ, ਵੀ ਖੁੱਲ੍ਹਾ ਮਾਹੌਲ, ਖੁੱਲ੍ਹਾ ਮਾਹੌਲ, ਵਧੀਆ ਗੱਲਬਾਤ, ਹੈ ਨਾ ਸਾਰੀ। ਅਤੇ ਇੱਧਰ ਫਿਰ ਖੇਤੀਬਾੜੀ ਕਰਦੇ ਹੋ? ਹਾਂ, ਖੇਤੀਬਾੜੀ ਫੁੱਲ ਕਰਦੇ ਜੀ। ਅਤੇ ਕੀ ਇੱਧਰ ਜ਼ਮੀਨਾਂ ਦੇ ਰੇਟ ਰੂਟ ਪੰਜਾਬ ਵਾਂਗੂ ਹੀ ਆ ਜੀ? ਹੁਣ ਤਾਂ ਮਹਿੰਗੇ ਹੋ ਗਏ ਜੀ, ਹੁਣ ਤਾਂ 12 ਲੱਖ ਨੂੰ 14 ਲੱਖ ਨੂੰ ਵਿੱਘਾ, ਆਪਾਂ ਸਾਰੇ ਇੱਧਰ ਤੁਰ ਫਿਰ ਲਈ ਮਾੜਾ ਮੋਟਾ ਤੁਰ ਫਿਰ ਕੇ, ਅਤੇ 12 ਲੱਖ ਨੂੰ ਵਿੱਘਾ ਜੀ, ਵਿੱਘਾ 5 ਕਨਾਲ ਦਾ ਹੁੰਦਾ, ਹੈ ਨਾ, ਵਿੱਘਾ ਜੀ, ਵੀ ਕਿੱਲਾ ਆਪਾਂ ਕਹਿ ਲਈਏ 18-20 ਲੱਖ ਦੇ ਆਸ ਪਾਸ ਹੀ ਪੈ ਗਿਆ। ਅਤੇ ਫਸਲ ਹੀ ਕਿਹੜੀ ਕਿਹੜੀ ਹੁੰਦੀ ਹੈ ਫਿਰ ਇੱਥੇ? ਹੁਣ ਤਾਂ ਜੀ ਦੇਖੋ, ਹਾੜੀ ਦੀ ਤਾਂ ਹੁਣ ਸਰੋਂ, ਜੌਂ, ਕਣਕ, ਛੋਲੇ, ਤਾਰਾ ਮੀਰਾ। ਅੱਛਾ, ਅਤੇ ਨਰਮਾ ਮਤਲਬ ਇੱਥੇ ਗਰਮੀਆਂ ਦੇ ਵਿੱਚ? ਹਾਂ, ਗਰਮੀਆਂ 'ਚ ਨਰਮਾ ਕਰ ਲਓ, ਗੁਆਰਾ ਕਰ ਲਓ, ਬਾਜਰਾ ਕਰ ਲਓ। ਅਤੇ ਪੰਜਾਬ ਵਾਲਿਆਂ ਦੀ ਸੋਚ ਤੁਹਾਨੂੰ ਕਿਵੇਂ ਲੱਗਦੀ? ਚਲੋ ਹੈ ਤਾਂ ਤੁਸੀਂ ਪੰਜਾਬ ਦਾ ਹਿੱਸਾ, ਪਰ ਚਲੋ ਫਿਰ ਵੀ ਉਹਨਾਂ ਰਾਜਸਥਾਨ ਆ ਗਏ, ਉਹ ਥੋੜ੍ਹੀ ਬਦਲ ਜਾਂਦੀ ਹੈ। ਵੀ ਜਿਹੜੇ ਹੁਣ ਸਾਡੇ ਆਪਣੇ ਉੱਥੇ ਲਾ ਲਓ, ਹੈ ਨਾ, ਆਪਣੇ ਵਾਲੇ ਏਰੀਏ 'ਚ, ਉੱਥੇ ਕਣਕ ਅਤੇ ਝੋਨਾ ਦੋ ਚੀਜ਼ਾਂ ਰਹੇਗੀਆਂ, ਉੱਧਰ ਵੀ ਬਦਲਮੀ ਚਾਹੀਦੀ ਹੈ ਜੀ? ਹਾਂ, ਬਦਲਮੀ, ਤੁਸੀਂ ਤਾਂ ਉੱਧਰ ਲੋਕ ਤਾਂ ਪੈਲੀ ਨੂੰ ਸਾਹ ਹੀ ਨਹੀਂ ਲੈਣ ਦਿੰਦੇ, ਹੁਣ ਝੋਨਾ ਬੀਜਿਆ ਅਤੇ ਦੂਜਾ ਸੁਪਰ ਸੀਡਰ ਲਿਆ ਕੇ ਕਰ
ਪਲਾਓ ਕਰਕੇ ਉਸ ਤੋਂ ਬਾਅਦ ਅਸੀਂ ਕੰਪਿਊਟਰ ਕਰਨੀ ਹੈ ਫਿਰ ਰੋਟਾਵੇਟਰ ਮਾਰ ਕੇ ਅਤੇ ਕਣਕ ਦੀ ਐਂ ਜਮਾਂ ਸਮਾਂ ਵਾਂ ਨਿਕਲੇਗਾ ਕੋਈ ਤੁਹਾਨੂੰ ਕਚਰਾ ਨਹੀਂ ਮਿਲੇਗਾ ਠੀਕ ਹੈ ਜੀ ਅਤੇ ਵਾਹਣ ਜਿਵੇਂ ਕਈ ਬੰਦਾ ਕਹਿੰਦਾ ਵੀ ਇਹ ਤਾਂ ਵਾਹਣ ਆਪਣੇ ਅਮਲੀ ਹੋ ਗਏ ਕੈਮੀਕਲਾਂ 'ਤੇ ਰੇਹਾਂ 'ਤੇ ਲੱਗ ਗਏ ਇੱਧਰ ਲਾਏ ਆ ਤੁਸੀਂ ਨਹੀਂ 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 ਇੱਧਰ ਨਹੀਂ ਲਾਏ ਇਸ ਤਾਂ ਇੱਧਰ ਤਾਂ ਇੱਕ ਇਫਕੋਲਾਂ ਦੀ ਹੁੰਦੀ ਹੈ ਦਵਾਈ ਸੀਸੀ ਜੀ ਹਾਂਜੀ ਉਹ ਗੁੜ ਪਾਉਂਦੇ ਅਸੀਂ ਵੱਡੇ ਡਰੰਮ 'ਚ ਹਾਂਜੀ 1000 ਲੀਟਰ ਵਾਲੇ 'ਚ ਠੀਕ ਹੈ ਜੀ ਉਹ 2 ਕਿਲੋ ਵਿਕੇ ਦਾ ਹਾਂਜੀ ਪਾਉਣਾ ਉਹ ਗੁੜ ਪਾਣੀ ਮਤਲਬ 100 ਲੀਟਰ ਹੀ ਪੈ ਜਾਏ ਕਿੰਨਾ ਹੀ ਪੈ ਜਾਏ ਹਾਂਜੀ ਅਤੇ ਉਹਦੇ ਨਾਲ ਕੇਂਚੂ ਪੈਦਾ ਹੁੰਦੇ ਖੇਤ 'ਚ ਗੰਡੋਏ ਹਾਂ ਗੰਡੋਏ ਕਿਲੋ ਅਤੇ ਬਾਕੀ ਹੋਰ ਜਿੰਨੇ ਵੀ ਕਿਸਾਨ ਕੀਟ ਮਿੱਤਰ ਹੈਗੇ ਉਹ ਧਰਤੀ 'ਚ ਫਸਲ ਨੂੰ ਫਾਇਦਾ ਕਰਨ ਵਾਲੇ ਹੁੰਦੇ ਉਹਦੇ ਨਾਲ ਅਤੇ ਉਹ ਜਦੋਂ ਹੁਣ ਆਪਾਂ ਜ਼ਿਆਦਾ ਨਰਮੇ 'ਤੇ 2 ਹੀ ਸਪਰੇਆਂ ਕਰੀਆਂ ਜੀ ਉਹ ਵੀ ਮੈਂ ਤਾਕਤ ਵਾਲੀਆਂ ਕਰੀਆਂ ਅੱਛਾ ਤਾਕਤ ਵਾਲੀਆਂ ਕਰੀਆਂ ਵੀ ਜ਼ਿਆਦਾ ਆਪਾਂ ਰਹੇ ਹਾਂ ਸਪਰੇਆਂ ਤੋਂ ਇੱਥੇ ਦੂਰ ਹੀ ਹੈਗੇ ਨਾ ਇੱਧਰ ਵੀ ਦਿਖਾ ਦੇ ਘਰ ਹਜੇ ਆਪਾਂ ਉਹੀ ਗੱਲ ਆਪਾਂ ਨੂੰ ਦਿਸਿਆ ਨੀਗਾ ਘਰ ਹਜੇ ਹੋਰ ਵੀ ਹੈਗਾ ਪਿੱਛੇ ਅਤੇ ਆ ਇੱਧਰ ਸਿੰਡੀਕੇਟ ਲੱਗਿਆ ਹੋਇਆ ਅਤੇ ਇੱਧਰ ਪਸ਼ੂ ਰਾਤ ਰੂਤ ਨੂੰ ਇੱਧਰ ਪਸ਼ੂ ਇਸ 'ਚ ਬੰਨ ਦੇਈਦੇ ਆ ਇਹਦੇ 'ਚ ਜੀ ਕਣਕਾਂ ਖਾਣ ਵਾਲੀ ਹਾਂਜੀ ਆਹ ਸਰੋਂ ਪਈ ਇਹਦੇ 'ਚ 152 ਕੁਇੰਟਲ ਉਹ ਦੇਖ ਲਓ ਭਰੀ ਅਤੇ ਅੱਛਾ ਸਰੋਂ ਪਈ ਹੈ ਜੀ ਸਰੋਂ ਦਿਖਾ ਵੀ ਪਹਿਲਾਂ ਤਾਂ ਇੱਧਰ ਅਤੇ ਇੱਕ ਹੋਰ ਚੀਜ਼ ਵੀ ਇੱਥੇ ਖੜੀ ਆ ਉਹਦੀ ਵੀ ਗੱਲ ਕਰਦੇ ਸਰੋਂ ਕਹਿੰਦੇ ਹੁੰਦੇ ਕੀ ਕਿੰਨੀ ਕੁ ਨਿਕਲ ਨਿਕਲਦੀ 6 ਕੁਇੰਟਲ ਵਿਕੇ ਦੀ ਚੜ ਜਾਂਦੀ ਵਧੀਆ ਨਿਕਲ ਜਾਂਦੀ ਵਧੀਆ ਨਿਕਲ ਜਾਂਦੀ ਪਿਛਲੇ ਸਾਲ ਦੀ ਪਈ ਹੈ ਅਤੇ ਪਰ ਸਰੋਂ ਦਾ ਤੇਲ ਤੁਸੀਂ ਕੱਚੀ ਕਣਕ ਦਾ ਜਿਹੜਾ ਓਰੀਜਨਲ ਹਾਂ ਓਰੀਜਨਲ ਵੀ ਸਾਡੇ ਜਿਵੇਂ ਉਹ ਇੱਕ ਤਾਂ ਲੈ ਵੀ ਆ ਲੱਸੀ ਆ ਗਈ ਹੈ ਬਾਈ ਵਰਗੇ ਸਤਿ ਸ਼੍ਰੀ ਅਕਾਲ ਬਾਈ ਅਤੇ ਲੱਸੀ ਵੀ ਆ ਗਈ ਹੈ ਬਾਈ ਅਤੇ ਲੱਸੀ ਆਪਾਂ ਚਲੋ ਪੀਂਦੇ ਨਾਲ ਅਤੇ ਆਹ ਵੋਲਟੀ ਹਾਂ ਵੋਲਟੀ ਫਿਰੋਜ਼ਪੁਰ ਨੰਬਰ ਹੈ ਕਿੰਨਾ ਕੁ ਪੁਰਾਣਾ ਜੀ ਇਹ ਜੀ 12 ਮਾਡਲ ਹੈ ਜੀ ਅੱਛਾ 12 'ਚ ਤਾਂ ਦੂਜੇ ਆ ਮੁਕਤਸਰ ਜਦੋਂ ਮੇਲੇ 'ਤੇ ਜਾਂਦੇ ਹਾਂ ਹਾਂਜੀ ਅਤੇ ਉੱਥੇ ਸੋਥੇ ਪਿੰਡ ਦਾ ਸੋਥਾ ਹਾਂਜੀ ਹਾਂ ਪਿੰਡ ਹੈ ਉੱਥੋਂ ਦਾ ਫੌਜੀ ਆ ਅੰਗਰੇਜ਼ ਸਿੰਘ ਠੀਕ ਹੈ ਉਹਦੀ ਮੁਕਤਸਰ ਡਿਊਟੀ ਹੈ ਅੱਛਾ ਮਿਲ ਗਿਆ ਉਹਦਾ ਯਾਰ ਮਿਲਣਾ ਤਾਂ ਜਦੋਂ ਘਰ ਆ ਜਾਂਦਾ ਮੇਰੇ ਆਉਂਦੇ ਤਾਂ ਇਸ ਨੂੰ ਤੋੜ ਭੰਨ ਦਿੰਦੇ ਆ ਛੁੱਟੀ ਆਉਣਾ ਜਦੋਂ ਚੈਨ ਸੈੱਟ ਪਾਉਣਾ ਕਦੇ ਉਹਦੇ ਨਾਲ ਦੋਸਤੀ ਪਈ ਕਹਿੰਦਾ ਬਾਈ ਤੂੰ ਲੈ ਜਾ ਉਹ ਜੀ ਮੁਕਤਸਰ ਮੇਲੇ ਤੋਂ ਇਹ ਸੀ ਕੀ ਬਾਤ ਹੈ ਸਾਰੀਆਂ ਚੀਜ਼ਾਂ ਇੱਕ ਐਂ ਜਿਵੇਂ ਹੁਣ ਸਾਡੇ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਚਲੋ ਅਗਲਾ ਕਈ ਵਾਰ ਐਂ ਵੀ ਉਹ ਵੀ ਨਿੰਦੀ ਜਾਂਦੇ ਆ ਪਰ ਸਾਡੇ ਥੋੜ੍ਹਾ ਜਿਹਾ ਐਂ ਹੋ ਗਿਆ ਵੀ ਘਿਓ ਡੱਬਿਆਂ ਵਾਲਾ ਲਿਆਉਣਾ ਜਾਂ ਕੋਈ ਰਿਫਾਇੰਡ ਰਫੂੰਡ ਉਹ ਵਰਤਣ ਕਰਕੇ ਹਾਰਟ ਅਟੈਕ ਵੱਧ ਹੋਈ ਜਾਂਦੇ ਮੇਰੀ ਵੀ ਕੋਈ ਗਰੰਟੀ ਨਹੀਂ ਹੈ ਨਾ ਵੀ ਕੀ ਹੋ ਜਾਣਾ ਤੁਸੀਂ ਹੁਣ ਸਰੋਂ ਦਾ ਤੇਲ ਹੈ ਨਾ ਕਹਾਣੀ ਕਢਾਉਂਦਾ ਬੰਦਾ ਹੁਣ ਕਰੋਨਾ ਲੋਕ ਕਰੋਨਾ ਹੋ ਗਏ ਤਾਂ ਅਸੀਂ ਬੱਕਰੀ ਦਾ ਦੁੱਧ ਮਿਲਦਾ ਨਹੀਂ ਸੀ ਕਿਤੇ ਪੀਂਦੇ ਸੀ ਪਲੇਟਾਂ ਘੱਟ ਜਾਣ ਕੇ ਹੋਰ ਜਾਣ ਸਹੀ ਹੈ ਤਾਂ ਇਹ ਚੀਜ਼ਾਂ ਨਾਲ ਬਚਤ ਹੈ ਸਿਹਤ ਚੰਗੀ ਰਹਿੰਦੀ ਹੈ ਨਾ ਆ ਮੇਰੇ ਤਾਏ ਕਾ ਘਰ ਐਂ ਜੇ ਹੁੰਦਾ ਸੀਗਾ ਇੱਕ ਪਾਸੇ ਕੱਚੀ ਕੰਧ ਹੁੰਦੀ ਸੀਗੀ ਡੀਜ਼ਲ ਵਾਲੀ ਟੈਂਕੀ ਹੈ 1400 ਲੀਟਰ ਡੀਜ਼ਲ ਪੈਂਦਾ ਹੈ ਅੱਛਾ ਜੀ ਡੀਜ਼ਲ ਟੈਂਕੀ ਆ ਵੀ ਇੱਧਰ ਪਿਛਲਾ ਘਰ ਥੋੜ੍ਹਾ ਹੋਰ ਅਲੱਗ ਜਿਹੀ ਗੱਲਬਾਤ ਆ ਗਈ ਹੈ ਨਾ ਤਾਂ ਟਰੈਕਟਰ ਖੜੇ ਹੈਗੇ ਅਤੇ ਕਾਰਾਂ ਕੂਰਾਂ ਜੀ ਸ਼ੌਕੀਨ ਇੱਧਰ ਘੱਟ ਹੈਗੇ ਜੀਪਾਂ ਦੇ ਜੀਪ ਦੇ ਅਤੇ ਬਲੋਰੋ ਦੇ ਜੀ ਬਲੋਰੋ ਆ ਸਾਡੇ ਕੋਲ ਇੱਕ ਕਾਰਾਂ ਕੂਰਾਂ ਦੇ ਨਹੀਂ ਇੱਕ ਬਲੈਰੋ ਇੱਕ ਵੀਲੀ ਜੀਪ ਤੂੜੀ ਵਾਲਾ ਵੀ ਭਰਿਆ ਪਿਆ ਹੈ ਨਾ ਅਤੇ ਅੱਜ ਕੱਲ੍ਹ ਅਸਲ 'ਚ ਮੇਰੇ ਵਰਗੇ ਬੰਦੇ ਕੰਮ ਛੱਡ ਗਏ ਥੋੜ੍ਹਾ ਜਿਹਾ ਤੇ ਤਾਂ ਕਰਕੇ ਫਰਕ ਇਹਨਾਂ ਜਲਾਂ ਦਾ ਪੈਂਦਾ ਆ ਗੁਆਰੇ ਦਾ ਨੀਰਾ ਪਿਆ ਜੀ ਆ ਕੱਚੀ ਕੰਧ ਦੇ ਨਾਲ ਕੱਢੀ ਪਿਆ ਨਹੀਂ ਪੱਕੀ ਹਾਂ ਪਹਿਲਾਂ ਫਿਰ ਕੱਚੀਆਂ ਸੀਗੀਆਂ ਹੁਣ ਹੌਲੀ ਜਿਵੇਂ ਢਾਈ ਜਾਂਦਾ ਕਰੀ ਜਾਂਦੇ 15 ਵਾਲਾਂ ਦੀ ਮਸ਼ੀਨ ਪਈ ਹੈ ਆ ਗੁਆਰੇ ਦਾ ਨੀਰਾ ਅੱਛਾ ਇਹ ਗੁਆਰੇ ਦਾ ਨੀਰਾ ਬੋਤੇ ਪਾਤੇ ਵੀ ਰੱਖੀ ਬੋਤੇ ਹੁਣ ਤਾਂ ਹੈ ਨਹੀਂ ਜੀ ਹੁਣ ਬੱਕਰੀਆਂ ਹੀ ਹੈ ਪਹਿਲਾਂ ਸੀਗੇ ਹਾਂ ਪਹਿਲਾਂ ਤਾਂ ਉੱਠ ਸੀਗੀ ਅਤੇ ਹੁਣ ਗੁਆਰੇ ਦਾ ਨੀਰਾ ਜੀ ਇਹ ਕਿੱਥੇ ਵਰਤਦੇ ਗਾਈਆਂ ਨੂੰ ਪਾ ਦਈਦਾ ਖਾ ਲੈਣਗੀਆਂ ਚਾਰਾਂ ਗਾਂ ਗਾਈਆਂ ਬਹੁਤ ਵਧੀਆ ਖਾਂਦੀਆਂ ਮਿਲਦਾ ਹੀ ਨਹੀਂ ਕਿਤੇ ਗਾਈਆਂ ਤਾਂ ਵੈਸੇ ਤਾਂ ਗੁਆਰੇ ਦਾ ਪਹਿਲਾਂ ਬੋਤਿਆਂ ਵਾਸਤੇ ਸਪੈਸ਼ਲ ਹੁੰਦਾ ਸੀਗਾ ਨਾ ਸਪੈਸ਼ਲ ਹੁੰਦਾ ਸੀ ਠੀਕ ਹੈ ਅਤੇ ਬਈ ਚਲੋ ਕੁਛ ਚੀਜ਼ਾਂ ਪੰਜਾਬ ਦੇ ਵਿੱਚ ਚੰਗੀਆਂ ਹੁੰਦੀਆਂ ਕੁਛ ਇੱਥੇ ਚੰਗੀਆਂ ਹੈ ਨਾ ਪੰਜਾਬ ਥੋੜ੍ਹਾ ਜਿਹਾ ਅੱਗੇ ਨਿਕਲ ਗਿਆ ਅਤੇ ਪਰ ਫਿਰ ਵੀ ਕੁਛ ਚੀਜ਼ਾਂ ਚੰਗੀਆਂ ਹੁੰਦੀਆਂ ਕੁਛ ਮਾੜੀਆਂ ਅਤੇ ਬਈ ਆਪਣੀ ਕੀਮਤੀ ਸਲਾਹ ਕਮੈਂਟ ਕਰਕੇ ਜ਼ਰੂਰ ਦੇ ਦਿਓ ਅਤੇ ਉਹਨੇ ਅਸੀਂ ਪੀਣੀ ਲੱਸੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਧੰਨਵਾਦ।